ਹਾਂਜੀ ਸਾਰੇ ਜੀ ਨੂੰ ਨਮਸਤੇ ਆਪਣੇ ਮਾਂਚਲੀ YouTube ਚੈਨਲ ਇਸ ਤੋਂ ਹੰਦਾ ਬੜਾ ਬੜਾ ਸਵਾਗਤ ਹੈ ਅੱਜ ਦੇ ਖਾਜ ਮੈਂ ਲੱਗੇ ਬਣਾਣਾ ਕੱਚੇ ਅੰਬਾਂ ਦੀ ਚਟਣੀ ਕਨੇ ਜੇ ਚਟਣੀ ਬਣਾਈਏ ਬਣਾਈਓ ਮੈਂ ਖੱਟੀ ਮਿੱਠੀ ਇਸ ਚ ਮੈਂ ਗੁੜ ਪਾਇਆ ਤਾਂ ਬੜੀ ਸਵਾਦ ਚਟਣੀ ਬਣੀਓ ਹੈ ਕਨੇ ਸਾ ਚਟਣੀ ਹੈ ਤਾਂ ਰੋਟੀ ਕੇ ਸਬਜੀ ਕਨੇ ਖਾਈ ਸਕਦੇ ਢਾਲੀ ਬੱਤੇ ਕਨੇ ਖਾਈ ਸਕਦੇ ਪਕੌੜਿਆਂ ਕਨੇ ਬਰੈਡ ਪਕੌੜਿਆਂ ਕਨੇ ਖਾਈ ਸਕਦੇ ਬੜੀ ਸਵਾਦ ਲੱਗਦੀ ਤਾਂ ਚੱਲਾ ਸ਼ੁਰੂ ਕਰਦੇ ਹੁਣ ਕੱਚੇ ਅੰਬਾਂ ਦੀ ਗੁੜਿਆਲੀ ਖੱਟੀ ਮਿੱਠੀ ਚਟਣੀ ਬਣਾਣਾ ਤੇ ਦੇਖਾ ਕੱਚੇ ਅੰਬਾਂ ਦੀ ਚਟਣੀ ਬਣਾਉਣ ਲਈ ਇਹ ਦਿਖਾਈ ਕੰਬ ਲਿਆ ਮੈਂ ਕਹਿੰਦੇ ਇਸੇ ਉਹ ਛਿੱਲੀ ਕਰੀ ਛੋਟੇ ਛੋਟੇ ਟੁਕੜੇ ਇੰਝ ਕੱਟ ਲਈ ਆ ਇੱਕ ਚਮਚ ਜੀਰੇ ਦਾ ਲਿਆ ਤੇ ਜੀਰੇ ਬੁੰਨੀ ਲਿਆ ਕਹਿੰਨਾ ਦਰਦਰਾ ਕੁੱਟੀ ਲਿਆ ਇੱਕ ਚਮਚੂ ਲੂਣੇ ਦਾ ਹੈ ਕਹਿੰਨਾ ਇੱਕ ਚੌਥਾਈ ਚਮਚ ਕਾਲਾ ਲੂਣ ਲਿਆ ਹੈ ਕਹਿੰਨਾ ਇਹ ਦੇਖਾ ਇੱਕ ਟੁਕੜਾ ਗੁੜੇ ਦਾ ਲਿਆ ਤਾਂ ਗੁੜੇ ਦੀ ਜਗ੍ਹਾ ਤਾਂ ਹਾਂ ਖੰਡ ਵੀ ਪਾਈ ਸਕਦੇ ਕਨੇ ਇਹ ਦਿਖਾਈ ਕਿ ਚਮਚੇ ਲਾਲ ਮਿਰਚ ਪਾਊਡਰ ਲਿਆ ਤੋ ਹਾਂ ਲਾਲ ਮਿਰਚ ਪਾਊਡਰ ਦੇ ਦੀ ਜਗ੍ਹਾ ਰੀ ਮਿਰਚ ਵੀ ਪਾਈ ਸਕਦੇ ਤਾਂ ਇਹ ਦੇਖਾ ਕੱਚੇ ਅੰਬਾਂ ਦੀ ਚਟਣੀ ਪੀਣੇ ਤੇ ਮਿਕਸਰ ਜਾਰ ਲੈ ਲਿਆ ਤਾਂ ਇਸ ਚ ਦੇਖ ਜੇ ਕੱਚਾ ਅੰਬਾਂ ਕੱਟਿਆ ਇਹ ਪਾਈਏਣਾ ਸੁੱਕੀ ਚਿੱਟਾ ਲੂਣ ਕਾਲਾ ਲੂਣ ਕਨੇ ਦਿਖਾ ਬੁੰਨੇ ਜੀਰਾ ਲਾਲ ਮਿਰਚ ਪਾਊਡਰ ਕਨੇ ਸੋਗੀ ਦੇਖਾ ਗੁੜ ਵੀ ਪਾਈਏਣਾ ਕਨੇ ਚਟਣੀ ਪੀਣੇ ਤੇ ਐਕਸਟਰਾ ਪਾਣੀ ਪਾਣੇ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਜੀਆਂ ਅੰਬੇ ਦਾ ਵੀ ਆਪਣਾ ਰਸ ਹੁੰਦਾ ਕੱਚੇ ਅੰਬ ਲਿਆ ਹਾਂ ਗੁੜ ਪਾਇਆ ਤੇ ਇਸ ਨੇ ਬਧੀਆ ਚਟਣੀ ਪਈ ਜਾਂਦੀ ਤੇ ਇਹ ਦੇਖਾ ਚਟਣੀ ਪੀ ਲਈ ਹੈ ਕਿਨੇ ਤੁਹਾਂ ਦੇਖੀ ਸਕਦੇ ਹਨ ਕਿਤਨੀ ਵਧੀਆ ਲੱਗਾਦੀ ਹੈ ਕਿ ਨਾ ਹਾਂ ਸੱਚ ਜਰਾ ਵੀ ਪਾਣੀ ਨਹੀਂ ਪਾਇਆ ਤਾਂ ਮਤਲਬ ਇਹਦੀ ਚਟਣੀ ਵਧੀਆ ਲੱਗਦੀ ਕਿ ਬੰਦ ਦੇਖ ਸਕਦੇ ਪਤਲੀ ਨਹੀਂ ਹੈ ਕਿ ਨਾ ਇੱਕਦਮ ਗਾੜੀ ਵੀ ਨਹੀਂ ਹੈ ਤਾਂ ਬੜੀ ਦਿਖਾਏ ਕੱਚੇ ਅੰਬੇ ਦੀ ਗੁੜਿਆਲੀ ਖੱਟੀ ਮਿੱਠੀ ਚਟਣੀ ਪੀ ਰਹੀ ਹੈ ਕਿ ਨਾ ਖਾਣੇ ਦੀ ਹੈ ਬਿਲਕੁਲ ਤਿਆਰ ਹੈ ਤਾਂ ਹੁਣ ਮੈਂ ਸਾ ਜੋ ਇੱਕ ਸਰਵਿੰਗ ਬੋਲਲੇ ਚ ਕੱਢੀ ਲੈਂਦਾ ਦੇਖਾ ਕੱਚੇ ਅੰਬੇ ਦੀ ਗੁੜੇ ਵਾਲੀ ਖੱਟੀ ਮਿੱਠੀ ਚਟਣੀ ਖਾਣੇ ਤੇ ਇੰ ਬਿਲਕੁਲ ਤਿਆਰ ਹੈ ਕਨੇ ਤੋਹਾਂ ਦੇਖੀ ਸਕਦੇ ਨੇ ਕਿਤਨੀ ਵਧੀਆ ਲੱਗਾਦੀ ਐ ਦਿਖਣੇ ਜੋਈ ਕਨੇ ਰੋਟੀ ਜਾਂ ਸਬਜੀ ਕਨੇ ਬੜੀ ਸਵਾਦ ਲੱਗਦੀ ਢਾਲੀ ਬੱਤੇ ਕਨੇ ਤੋਹਾਂ ਖਾਈ ਸਕਦੇ ਸਮੋਸਾ ਪਕੌੜਾ ਬਰੈਡ ਪਕੌੜੇ ਕਨੇ ਖਾ ਬੜੀ ਸਵਾਦ ਲੱਗਦੀ ਤਾਂ ਤੋਹਾਂ ਜੇ ਅਗਰੇ ਚਟਣੀ ਦੀ ਰੈਸਪੀ ਪਸੰਦ ਆਈ ਐ ਤਾਂ ਕਮੈਂਟ ਕਰਕੇ ਜਰੂਰ ਦੱਸਨੇ ਹੋ ਕਨੇ ਆਪਣਾ ਹਿਮਾਚਲ ਯੂਟਿਊਬ ਚੈਨਲ ਐ ਸਬਸਕ੍ਰਾਈਬ ਵੀ ਕਰੀ ਲੈਣਾ ਤਾਂ ਬੇਰੀ ਮਿਲਦੇ ਨੇ ਇੱਕ ਨਵੀਂ ਵੀਡੀਓ ਚ ਤੋਹਾਂ ਦਾ ਵੀਡੀਓ ਦੇਖਣੇ ਲਈ ਐ ਬੜਾ ਬੜਾ ਧੰਨ